ਕਿੰਨਾ ਸਮਾਂ ਹੋ ਗਿਆ ਮਾਤਾ ਜੀ ਕੋਠੀ ਪਈ ਕੋਠੀ ਪਈ ਨੂੰ ਤਾਂ ਹੋ ਗਏ 7-8 ਸਾਲ ਹੀ ਹੋਏ ਨੇ ਤਾਂ ਬੜਾ ਪੈਸਾ ਲੱਗਾ ਹੋਊ ਬਹੁਤ ਪੈਸਾ ਲੱਗਿਆ ਕੋਈ ਅੰਤ ਨਹੀਂ ਪੈਸੇ ਲੱਗੇ ਦਾ ਫਿਰ ਹੁਣ ਕੀ ਕਰਗੇ ਦੱਸ ਕਿੱਧਰ ਨੂੰ ਜਾਈਏ ਸਾਰੀ ਕੋਠੀ ਬਰਬਾਦ ਹੋ ਗਈ ਦੱਸ ਸਾਰੀ ਫਸਲ ਮਰ ਗਈ ਸਾਰੀ ਕੋਠੀ ਬਰਬਾਦ ਹੋ ਗਈ ਆਪ ਵੀ ਮਰਨ ਵਾਲੇ ਹੋ ਰਹੇਗੇ रोटी टुका इतना कोई बच्चा नहीं है सारा पिंड बागा बिच जिड्डे दे इक दो दो बंदे ने रोटी टुका असीं बनाउने कोई गल नहीं जी हुण भी देखो 10 परिवार बैठे करे देखो उन्होंने समान कवर कर लो उसके भी धर छड्या असि गरीबां का सारा समान गरीबां का जी हड़ वाले पिंडां दे विच लोकां ते सब तो वड्डी मार पई है कि लोकां दे घर बैठने शुरू हो गए ने लोकां दे घरां दे विच तरेड़ां आ गईआं ने लोकां ने लखां करोड़ां रुपए ला के सारी उम्र की मेहनत लाई है तां वड्डियां वड्डियां कोठियां बनाईआं ने पर इह कोठियां दे विच हुण वड्डियां वड्डियां तेड़ां आउणियां शुरू हो गईआं ने तां इह इस पिंड दे विच इक मौजूद हैगे आ साधू वाला पिंड है तां उह पिंड दे विच कई घरां दे विच तेड़ां आ गईआं ने जी देखो सामने किन्नी शानदार इह कोठी बनी हुई है पर इहदा फर्श बहना जिहड़ा उह शुरू हो गया है देखो किन्नियां ज्यादा तेड़ां आ गईआं ने तां इह कल दीआं तेड़ां ਕਹਿੰਦੇ ਨੇ ਕਿ ਆਈਆਂ ਨੇ ਤਾਂ ਇਹ ਕੰਧ ਬਿਲਕੁਲ ਡਿੱਗਣ ਦੇ ਕਿਨਾਰੇ ਹੋਈ ਪਈ ਆ ਤਾਂ ਇਹ ਕੰਧ ਦੇ ਕੋਲ ਜਾ ਕੇ ਨਹੀਂ ਖੜ ਸਕਦੇ ਤਾਂ ਇਸੇ ਤਰੀਕੇ ਦੇ ਨਾਲ ਅੰਦਰ ਕੋਠੀ ਦੇ ਵਿੱਚ ਪੱਥਰ ਲੱਗਾ ਹੋਇਆ ਪੱਥਰ ਬੈਠ ਗਿਆ ਕੰਧਾਂ ਦੇ ਵਿੱਚ ਤੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਮੈਮ ਤੁਹਾਡਾ ਘਰ ਇਹ ਹਾਂਜੀ ਸਰ ਅੱਛਾ ਕਿੱਥੇ ਕਿੱਥੇ ਆ ਗਈਆਂ ਨੇ ਤੇੜਾਂ ਕਿੰਨੀਆਂ ਕੁ ਨੇ ਕੰਧਾਂ ਦੇ ਵਿੱਚ ਆ ਗਈਆਂ ਸਰ ਅੱਗੇ ਜਾ ਕੇ ਦੇ ਆਪਣੇ ਫਰਸ਼ ਦੇ ਵਿੱਚ ਆ ਗਈਆਂ ਫਰਸ਼ ਪਾਟਣਾ ਸ਼ੁਰੂ ਹੋ ਗਿਆ ਜੀ ਜਾਂ ਜਿਹੜੇ ਪਿੱਲਰ ਲੱਗੇ ਪਿੱਲਰਾਂ ਦੇ ਵਿੱਚ ਤੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਸਰ ਇਹ ਜਿਹੜੀਆਂ ਸਾਹਮਣੇ ਤੇੜਾਂ ਨਜ਼ਰ ਆ ਰਹੀਆਂ ਨੇ ਇਹ ਹੋਣੀ ਆਈਆਂ ਨੇ ਹਾਂਜੀ ਹਾਂਜੀ ਸਾਰੀਆਂ ਪਾਣੀ ਦੀ ਵਜ੍ਹਾ ਨਾਲ ਆਈਆਂ ਜੀ ਕਦੋਂ ਦੀਆਂ ਨੇ बस कल जिवें परसों दा पानी नाल आके लग्या तां जी कल आउणियां शुरू हो गईआं सी अज थोड़ियां होर बदनियां शुरू हो गईआं जी जिवें आ तुसीं देखो कैमरामैन नूं दिखाओ जी फर्श बहुत बैठ रहे है जी फर्श भी हुणी बैठणे शुरू होए हांजी हांजी हुणे बैठणे शुरू होए जी हांजी हांजी क्योंकि ओ देखो जी हांजी ये सामने इहदे च वी पै गई तेड़ा हांजी हांजी क्योंकि सर इह साडे वी तिन्न जगह तों तिन्ने साइडां तों पानी लग गया जी पिछली गली चों वी लग गया जी इधरों वी लग गया जी इधरों वी लग गया जी दिखा दो तुसीं इह घर दे विच थां थां ते जिहड़ा हां जी हां जी आ देखो जी आ फर्शा बह गया जी आ देखो जी घरां दे मिट्टी पट के पाउंदे आ दूजे घरां दे मिट्टी पट के पा रहे हैं जी आ देखो पिछले वेड़े च भी इसे तरह ही हो रहा है पिछले पास ज्यादा आ गई तेड़ा है बहुत ज्यादा आ गई की करिए हुण दसो मसा मेरे पुत ने तो मसा प्यो वारे ने मसा पाई सी दस की करिए हुण किधर जाइए किन्ना समा हो गया माता जी कोठी पई कोठी पई नूं तां हो गए 7-8 साल ही होए ने ਤਾਂ ਬੜਾ ਪੈਸਾ ਲੱਗਾ ਹੋਊ ਬਹੁਤ ਪੈਸਾ ਲੱਗਿਆ ਕੋਈ ਅੰਤ ਨਹੀਂ ਪੈਸੇ ਲੱਗੇ ਦਾ ਫਿਰ ਹੁਣ ਕੀ ਕਰਗੇ ਦੱਸ ਕਿੱਧਰ ਨੂੰ ਜਾਈਏ ਸਾਰੀ ਕੋਠੀ ਬਰਬਾਦ ਹੋ ਗਈ ਦੱਸ ਸਾਰੀ ਫਸਲ ਮਰ ਗਈ ਸਾਰੀ ਕੋਠੀ ਬਰਬਾਦ ਹੋ ਗਈ ਆਪ ਵੀ ਮਰਨ ਵਾਲੇ ਹੋ ਰਹੇਗੇ ਕਿੱਧਰ ਜਾਈਏ ਬੱਚਿਆਂ ਦੀ ਫੀਸਾਂ ਭਰਨ ਦੀ ਵੀ ਟੈਨਸ਼ਨ ਹੋਈ ਪਈ ਕਿੱਥੋਂ ਭਰਾਂਗੇ ਕਿੱਥੋਂ ਭਰਾਂਗੇ ਹੁਣ ਬੱਚੇ ਬਾਹਰ ਪੜ੍ਹਦੇ ਆ ਜੀ ਹੁਣ ਕੁੜੀਆਂ ਹੁਣ ਭੇਜੀ ਸੀ ਆਸਟ੍ਰੇਲੀਆ ਜਿਹੜੇ ਕੋਲੇ ਸੀ ਉਹ ਤੇ ਲਾਤੇ ਹੁਣ ਕੋਈ ਪੈਸੇ ਸੀਗੇ ਉਹ ਵੀ ਉਹ ਕੁੜੀ ਵਾਲਾ 20 ਲੱਖ ਰੁਪਏ ਲਾ ਕੇ ਤੋਰਤੀ ਜੀ ਫਸਲ ਵੀ ਸਾਰੀ ਖਰਾਬ ਫਸਲ ਵੀ ਸਾਰੀ ਹਾਂਜੀ ਕੋਰਾ ਵੀ ਨਹੀਂ ਬਚੀ ਸਰ ਅਟਕਾ ਵੀ ਨਹੀਂ ਫਸਲ ਤਾਂ ਹੁੰਦੀ ਵੀ ਨਹੀਂ ਹੁਣ 6-7 ਫੁੱਟ ਪਾਣੀ ਹੈ ਜੀ ਖੇਤਾਂ 'ਚ ਤੇ ਨਾ ਹੀ ਹੁਣ ਇਹ ਵੀ ਨਹੀਂ ਪਤਾ ਵੀ ਅੱਗੇ ਬੀਜੀ ਜਾਊਗੀ ਕਿ ਨਾ ਬੀਜੀ ਜਾਊਗੀ ਇਹ ਵੀ ਕਿਸੇ ਨੂੰ ਕੁਝ ਪਤਾ ਨਹੀਂ ਸਰ ਇਹ ਹੁਣ ਤੁਸੀਂ ਕਿਸੇ ਨੂੰ ਦਿਖਾਇਆ ਕੋਠੀ ਕਿਉਂਕਿ ਇਹ ਤਾਂ ਬੜਾ ਲੱਗਦਾ ਕਰੋੜਾਂ ਰੁਪਏ ਲੱਗੇ ਹੋਣਗੇ ਨਿਸ਼ਾਨ ਲੱਗੇ ਨੇ ਕੀ ਕਰਗੇ ਦੱਸ ਕੇ ਜਿਹੜੇ ਕੋਈ ਮਿਹਨਤ ਸੀ ਮੇਰੇ ਪੁੱਤ ਦੀ ਸਾਰੀ ਲਾਤੀ ਹੁਣ ਮੇਰੇ ਸਾਡੇ ਕੋਲ ਤਾਂ ਕੁਝ ਕੱਖ ਵੀ ਨਹੀਂ ਹੈਗਾ ਹੁਣ ਤਾਂ ਜਮਾ ਸੀ ਬਸ ਮੰਗਣ ਖਾਣ ਵਾਲੇ ਹੋ ਰਹੇਗੇ ਕੀ ਕਰਗੇ ਹੁਣ ਦੱਸ ਚਲੋ ਕੋਈ ਨਾ ਤੁਸੀਂ ਹੌਸਲਾ ਰੱਖੋ ਤਾਂ ਇਹ ਹੁਣ ਬਚਾ ਲੱਗ ਰਿਹਾ ਤੁਹਾਨੂੰ ਹੁਣ ਪਾਣੀ ਹੇਠਾਂ ਜਾ ਰਿਹਾ ਹੁਣ ਹੇਠਾਂ ਜਾ ਰਿਹਾ ਤਾਂ ਹੀ ਇਧਰਲੇ ਪਾਸੇ ਪਾਉਣਾ ਵੀ ਕੋਈ ਆ ਇਧਰੋਂ ਕੰਧ ਕੁੰਦਰਾ ਬਹਿ ਜੇ ਕਿਤੇ ਇਹ ਤਾਂ ਸਾਰੇ ਪਾਸਿਓਂ ਮਾਰ ਮੈਨੂੰ ਲੱਗਦਾ ਪੈ ਰਹੀ ਆ ਫਸਲ ਵੀ ਇਹਨਾਂ ਦੀ ਖਰਾਬ ਹੋ ਗਈ ਆ ਤਾਂ ਇਹ ਕੰਧਾਂ ਦੇ ਵਿੱਚ ਤੇੜਾਂ ਆਉਣੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ ਤਾਂ ਇਹ ਉੱਪਰਲੇ ਪਾਸੇ ਬਚਾ ਹੈ
ਉਪਰਲੇ ਪਾਸੇ ਅਸੀਂ ਦੇਖ ਕੇ ਵੀ ਨੀ ਆਏ, ਸਾਥੋਂ ਚੜਿਆ ਵੀ ਨੀ ਗਿਆ ਉਪਰਲੇ ਪਾਸੇ। ਇੰਨੇ ਜਾਣਾ ਦਾ ਰੋਟੀ ਟੁੱਕਾ, ਇੱਥੇ ਕੋਈ ਬੱਚਾ ਨੀ ਹੈਗਾ, ਅਸੀਂ ਕਰਦੇ ਹਾਂ। ਸਾਰਾ ਪਿੰਡ ਬਾਗਾ ਵਿੱਚ ਜਿੰਨੇ ਦੇ ਇੱਕ ਇੱਕ ਦੋ ਦੋ ਬੰਦੇ ਨੇ, ਉਹਨਾਂ ਦੀ ਰੋਟੀ ਟੁੱਕਾ ਅਸੀਂ ਬਣਾਉਂਦੇ ਹਾਂ। ਅੱਛਾ, ਤੁਸੀਂ ਬਣਾ ਰਹੇ ਹੋ? ਅਸੀਂ ਬਣਾ ਰਹੇ ਹਾਂ। ਅਸੀਂ ਅਗਲੀ ਗਰੀਬ ਵਾਸਤੇ ਸਾਰੀ ਵਿਹਲੀ ਹੋ ਗਈ, ਸਭ ਵਿਹਲੀ। ਸਾਰਿਆਂ ਦੇ ਘਰੇ ਇੱਕ ਇੱਕ ਦੋ ਦੋ ਪਰਿਵਾਰਕ ਵੀ ਜੈਂਟਸ ਰਹਿ ਗਏ ਤਾਂ ਸਵੇਰੇ ਸ਼ਾਮ ਇੱਥੇ ਗੁਰੂ ਦਾ ਲੰਗਰ ਚੱਲਦਾ ਜੀ, ਇੱਥੇ ਖਾਂਦੇ ਆ ਵਿਚਾਰੇ। ਫਿਰ ਅਸੀਂ ਤਾਂ ਗਰੀਬਾਂ ਨੂੰ ਤਾਂ ਹੌਸਲਾ ਘਰ ਦੇ ਵਿੱਚ ਤੁਹਾਡਾ ਆਪਦਾ ਸਕਦੇ ਹੋ ਗਿਆ। ਕੋਈ ਗੱਲ ਨੀ ਜੀ, ਆ ਹੁਣ ਵੀ ਦੇਖੋ 10 ਪਰਿਵਾਰ ਬੈਠੇ ਘਰੇ, ਉਹ ਦੇਖੋ ਉਹਨਾਂ ਦਾ ਸਮਾਨ ਤੁਸੀਂ ਭਾਵੇਂ ਕਵਰ ਕਰ ਲਓ, ਉੱਤੇ ਵੀ ਧਰ ਛੱਡਿਆ। ਅਸੀਂ ਅਸਾਂ ਗਰੀਬਾਂ ਦਾ ਸਾਰਾ ਸਮਾਨ ਉਹ ਗਰੀਬਾਂ ਦਾ ਜੀ। ਚਲੋ ਅਸੀਂ ਇੱਕ ਉਹ ਤੇੜ ਵੀ ਨਜ਼ਰ ਆ ਰਹੀ ਹੈ, ਪਹਿਲਾਂ ਦੀ ਹੈ ਕਿ ਇਹ ਵੀ ਹੁਣ ਆਈ ਹੈ? ਖੇਤੀ ਤੋਂ ਬਣਾਈ ਤੁਸੀਂ ਸਾਰੀ ਇਹ? ਖੇਤੀ ਤੋਂ ਜਦੋਂ ਮੇਰੇ ਹਸਬੈਂਡ ਜੀ 9ਵੀਂ ਕਲਾਸ ਪੜ੍ਹਦੇ ਸੀ, ਮੇਰੇ ਸਹੁਰਾ ਸਾਹਿਬ ਦੀ ਡੈਥ ਉਦੋਂ ਦੀ ਹੋਈ ਵੀ ਹੈ ਜੀ। ਸਰਕਾਰੀ ਨੌਕਰੀਆਂ ਮਿਲਦੀਆਂ ਨੀ, ਪ੍ਰਾਈਵੇਟ ਕੋਈ 10,000 ਦੇ ਰਿਹਾ, ਕੋਈ 12,000 ਦੇ ਰਿਹਾ, ਉਹਦੇ ਤੇ ਅਸੀਂ ਕੀ ਇਹ ਬੱਚਾ ਜੋ 10-12 ਹਜ਼ਾਰ ਨਾਲ ਬੱਚੇ ਦਾ ਆਪਦਾ ਖੁਦ ਦਾ ਖਰਚਾ ਨਿਕਲਦਾ ਜੀ। ਸਭ ਤੋਂ ਵੱਡੀ ਜਿਹੜੀ ਹੈ ਮਾਰ ਪਈ ਹੈ ਤਾਂ ਇਹ ਦੇਖੋ ਤੇੜਾ ਆਉਣੀਆਂ ਕੋਠੀਆਂ ਨੂੰ ਸ਼ੁਰੂ ਹੋ ਗਈਆਂ ਨੇ, ਕਿਉਂਕਿ ਸਾਰੀ ਉਮਰ ਦੀ ਕਮਾਈ ਲੱਗ ਜਾਂਦੀ ਇਹਨਾਂ ਕੋਠੀਆਂ ਦੇ ਉੱਪਰ, ਸਾਰੀ ਉਮਰ ਲੱਗ ਜਾਂਦੀ ਹੈ ਬੰਦੇ ਨੂੰ ਇੱਕ ਕੋਠੀ ਦੇ ਪੈਸੇ ਤਾਂ ਦੇਣੇ ਨੇ, ਅਜੇ ਰਹਿੰਦੇ ਨੇ ਦੇਣ ਵਾਲੇ, ਤਾਂ ਕਰਜ਼ੇ ਹੀ ਹੋਏ ਬੈਠੇ ਤੇ ਹੁਣ ਮੂਹਰੇ ਫਸਲ ਨੀ, ਕਿੱਥੋਂ ਦੇਵਾਂਗੇ, ਕਿਤੋਂ ਨੀ ਦੇ ਸਕਦੇ ਅਸੀਂ, ਹੁਣ ਕੀ ਕਰਾਂਗੇ। ਸਰਕਾਰਾਂ ਨੂੰ ਇਹ ਚਾਹੀਦਾ ਜੀ ਵੀ ਜਿੱਥੇ ਹੜਦੀ ਮਾਰ ਪੈਂਦੀ ਹੈਗੀ, ਕਮ ਸੇ ਕਮ ਇੱਕ ਇੱਕ ਪਰਿਵਾਰ ਦੇ ਇੱਕ ਇੱਕ ਬੱਚੇ ਨੂੰ ਚਾਹੇ ਛੋਟੀ ਚਾਹੇ ਵੱਡੀ ਜੋਬ ਜ਼ਰੂਰ ਮਿਲਣੀ ਚਾਹੀਦੀ ਹੈ, ਕਿਉਂਕਿ ਇੱਥੇ ਸਾਡੇ ਮੰਨ ਕੇ ਚਲੋ ਪਹਿਲਾਂ 87 ਚ ਹੜ ਆਇਆ ਜੀ, ਫਿਰ 93 ਚ ਆਇਆ ਜੀ, 95 ਚ ਆਇਆ, 97 ਚ ਆਇਆ, 2010 ਚ ਆਇਆ, ਹੁਣ 2013 ਚ ਆਇਆ, ਇਹ ਨੀ ਪਤਾ ਅਗਲੇ ਸਾਲ ਫਿਰ ਅਸੀਂ ਮਾਰ ਝੱਲੀਏ ਵੀ ਜਿੱਥੇ ਹੜ ਦੀ ਮਾਰ ਪੈਂਦੀ ਹੈ ਕਿਸਾਨ, ਕਮ ਸੇ ਕਮ ਇੱਕ ਇੱਕ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ, ਸਿਰਫ ਇੱਕ ਇੱਕ ਬੱਚੇ ਨੂੰ ਜੋਬ ਮਿਲਣੀ ਚਾਹੀਦੀ ਹੈ। ਮੈਂ ਤਾਂ ਸਰਕਾਰ ਨੂੰ ਇਹ ਕਹਿੰਦੀ ਹਾਂ ਕਿ ਆ ਰਾਸ਼ਨ ਵੀ ਜਿਹੜੀਆਂ ਹੋਰ ਸਾਨੂੰ ਲਾਲਚ ਦੇ ਕੇ ਗਲੀਆਂ ਨਾਲੀਆਂ ਦੇ ਲਾਲਚ ਦੇ ਕੇ ਉਹ ਨਾ ਸਾਨੂੰ ਦਿਓ, ਸਾਡੇ ਬੱਚਿਆਂ ਦਾ ਭਵਿੱਖ ਬਚਾਓ ਜੇ ਤੁਸੀਂ ਬਚਾ ਸਕਦੇ ਹੋ। ਬਿਲਕੁਲ, ਤਾਂ ਇਹ ਮੰਗ ਹੈਗੀ ਹੈ, ਕਿਉਂਕਿ ਜਦੋਂ ਜਿਹੜੇ ਪਿੰਡ ਦੇ ਵਿੱਚ ਜਿਹੜੇ ਘਰ ਦੇ ਵਿੱਚ ਹੜ ਦੀ ਮਾਰ ਪੈਂਦੀ ਆ ਤਾਂ ਬੜਾ ਔਖਾ ਉੱਠਿਆ ਜਾਂਦਾ, ਖੇਤੀਬਾੜੀ ਤੋਂ ਸਾਰਾ ਗੁਜ਼ਾਰਾ ਚੱਲਦਾ ਘਰ ਦਾ, ਔਰ ਬੜੀ ਮਿਹਨਤ ਦੇ ਨਾਲ ਇਹ ਕੋਠੀ ਬਣਾਈ ਆ ਤਾਂ ਹੁਣ ਕਹਿੰਦੇ ਨੇ ਕਿ ਕੋਠੀ ਦੇ ਵਿੱਚ ਤੇੜਾ ਆਉਣੀਆਂ ਵੀ ਸ਼ੁਰੂ ਹੋ ਗਈਆਂ, ਔਰ ਜਿਹੜੀ ਖੇਤੀ ਸੀਗੀ, ਜ਼ਮੀਨ ਸੀਗੀ ਜਿਹਦੇ ਵਿੱਚ ਫਸਲ ਬੀਜੀ ਸੀਗੀ, ਤਾਂ ਉਹ ਫਸਲ ਵੀ ਸਾਰੀ ਬਰਬਾਦ ਹੋ ਗਈ। ਲੋੜ ਹੈ ਸਰਕਾਰਾਂ ਨੂੰ ਇਹਨਾਂ ਪਰਿਵਾਰਾਂ ਦੇ ਵੱਲ ਧਿਆਨ ਦੇਣ ਦੀ। ਕੈਮਰਾਮੈਨ ਬਰਿੰਦਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਜਗਬਾਣੀ ਟੀਵੀ ਸਰਦੂਲਗੜ੍ਹ।